ਸਤਿ ਸ਼੍ਰੀ ਅਕਾਲ ਜੀ। ਸੋ ਤੁਹਾਡੀ ਬਹੁਤ ਹੀ ਡਿਮਾਂਡ 'ਤੇ ਮੈਂ ਅੱਜ ਦੀ ਵੀਡੀਓ ਲੈ ਕੇ ਆਈ ਹਾਂ, ਜਿਹਦੇ ਵਿੱਚ ਮੈਂ ਕਲਰ ਬਾਰੇ ਜਾਣਕਾਰੀ ਦੇਵਾਂਗੀ ਕਿ ਫੈਬਰਿਕ ਕਲਰ ਕਿਹੜੇ ਕਿਹੜੇ ਅਸੀਂ ਯੂਜ਼ ਕਰਦੇ ਹਾਂ। ਤਾਂ ਇਹ ਦੋ ਤਿੰਨ ਤਰ੍ਹਾਂ ਦੇ ਆਉਂਦੇ ਆ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ, ਇਹ ਹੈ ਫੈਬਰਿਕ੍ਰਿਲ ਐਕ੍ਰੈਲਿਕ ਕਲਰ। ਤਾਂ ਇਹ 10 ml ਦੇ ਵਿੱਚ ਵੀ ਮਿਲ ਜਾਣਗੇ, 100 ml ਵਿੱਚ ਵੀ ਮਿਲ ਜਾਣਗੇ। ਜਿਸ ਤਰ੍ਹਾਂ ਇਹ ਵਾਲੀ ਜਿਹੜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਪੈਕਿੰਗ, ਇਹ 100 ml ਦੀ ਆ। ਅਤੇ ਇਸੇ ਤਰ੍ਹਾਂ ਇਹਦੇ ਵਿੱਚ ਸਾਰੇ ਸ਼ੇਡਸ ਅਵੇਲੇਬਲ ਆ, ਨਿਓਨ ਸ਼ੇਡਸ ਵੀ ਅਵੇਲੇਬਲ ਆ। ਤੁਸੀਂ ਚਾਹੋ ਤਾਂ ਛੋਟੀ ਪੈਕਿੰਗ, ਜਿਸ ਤਰ੍ਹਾਂ ਤੁਹਾਨੂੰ ਮਤਲਬ ਰਿਕੁਆਇਰਮੈਂਟ, ਉਸ ਹਿਸਾਬ ਨਾਲ ਪੈਕਿੰਗ ਜਿਹੜੀ ਲਿਆ ਸਕਦੇ ਹੋ। ਜ਼ਿਆਦਾ ਲੋੜ ਆ ਤਾਂ ਵੱਡੀ ਲਿਆਓ, ਜੇ ਘੱਟ ਲੋੜ ਪੈਂਦੀ ਫਿਰ ਛੋਟੀ। ਔਰ ਦੂਸਰੀ ਤਰ੍ਹਾਂ ਦਾ ਜਿਹੜਾ ਇਹ ਕਲਰ ਮੈਂ ਦਿਖਾ ਰਹੀ ਹਾਂ, ਫੈਬਰਿਕ ਆ, ਬਿਲਕੁਲ ਥੋੜ੍ਹਾ ਜਿਹਾ ਫਰਕ ਪੈਂਦਾ। ਜਿਸ ਤਰ੍ਹਾਂ ਇਹਦੇ ਵਿੱਚ ਵੀ ਤੁਹਾਨੂੰ ਵੱਡੀ ਪੈਕਿੰਗ ਮਿਲ ਜਾਏਗੀ, ਛੋਟੀ ਵੀ ਮਿਲ ਜਾਏਗੀ। ਤਾਂ ਜਿਹੜੇ ਇਹ ਕਲਰ ਆ, ਔਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਕਲਰ ਦਿਖਾਇਆ, ਠੀਕ ਹੈ, ਜਿਸ ਤਰ੍ਹਾਂ ਇਹ ਫੈਬਰਿਕ ਦਾ ਦਿਖਾ ਰਹੀ ਹਾਂ, ਤਾਂ ਇਹਦੇ ਵਿੱਚ ਕੀ ਫਰਕ ਆ ਕਿ ਜੋ ਮੈਂ ਨੋਟਿਸ ਕੀਤਾ ਨਾ, ਥੋੜ੍ਹਾ ਜਿਹਾ ਇਹ ਕਲਰ ਥੋੜ੍ਹਾ ਜਿਹਾ ਲਿਟਲ ਬਿਟ ਜਿਹੜਾ ਉਹਦੇ ਨਾਲੋਂ ਜ਼ਿਆਦਾ ਸ਼ਾਈਨ ਕਰਦੇ ਆ, ਜਿਹੜਾ ਮੈਂ ਤੁਹਾਨੂੰ ਬਾਅਦ 'ਚ ਦਿਖਾਇਆ, ਠੀਕ ਹੈ। ਔਰ ਉਹ ਥੋੜ੍ਹਾ ਮੈਟ ਲੁੱਕ ਦਿੰਦੇ ਆ, ਇਹ ਥੋੜ੍ਹਾ ਜਿਹਾ ਸ਼ਾਈਨੀ ਲੁੱਕ ਦਿੰਦੇ ਆ। ਤਾਂ ਇਸੇ ਤਰ੍ਹਾਂ ਹੀ ਇਹਦੇ ਵਿੱਚ ਇਹ ਨਿਊਨ ਸ਼ੇਡਸ ਮਿਲ ਜਾਣਗੇ ਤੁਹਾਨੂੰ। ਤਾਂ ਦੂਸਰੀ ਤਰ੍ਹਾਂ ਮੈਂ ਤੁਹਾਨੂੰ ਇਹ ਫਰਕ ਦਿਖਾ ਰਹੀ ਹਾਂ, ਥੋੜ੍ਹਾ ਜਿਹਾ ਜਿਵੇਂ ਫੈਬਰਿਕ੍ਰਿਲ ਫੈਬਰਿਕ ਆ, ਠੀਕ ਹੈ, ਜਿਹੜੇ ਫੈਬਰਿਕ੍ਰਿਲ ਦੇ ਕਲਰ ਹੋਣਗੇ ਥੋੜ੍ਹਾ ਮੈਟ ਲੁੱਕ ਦਿੰਦੇ ਆ, ਲੇਕਿਨ ਸਟੇਬਲ, ਜੋ ਮੈਂ ਨੋਟਿਸ ਕੀਤਾ, ਸਟੇਬਲ ਜ਼ਿਆਦਾ ਹੁੰਦੇ ਆ, ਕਾਫੀ ਟਾਈਮ ਤੱਕ ਸਟੇਬਲ ਰਹਿੰਦੇ ਆ, ਠੀਕ ਹੈ। ਔਰ ਤੀਸਰੇ ਜਿਹੜੇ ਕਲਰ ਆਉਂਦੇ ਆ, ਇਹ ਹੁੰਦੇ ਤਾਂ ਇਹ ਵੀ ਫੈਬਰਿਕ੍ਰਿਲ ਦੇ ਆ, ਕੋਸ਼ਿਸ਼ ਕਰ ਰਹੇ ਤੁਹਾਨੂੰ ਸਾਫ਼ ਦਿਖੇ, ਪਰ ਇਹਦੇ 'ਚ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ, ਇਹਦੀ ਪਹਿਚਾਣ ਨੀਚੇ ਸੋਫਟ ਲਿਖਿਆ ਹੁੰਦਾ, ਠੀਕ ਹੈ। ਔਰ ਬਾਕੀ ਇਹਦੀ ਜਿਹੜੀ ਪੈਕਿੰਗ ਹੁੰਦੀ ਹੈ ਨਾ, ਨੀਲੇ ਢੱਕਣ ਵਾਲੀ ਹੁੰਦੀ ਹੈ, ਪਹਿਚਾਣ ਹੁੰਦੀ ਹੈ। ਔਰ ਇਹ ਸਾਨੂੰ ਮਾਰਕੀਟ ਦੇ ਵਿੱਚ ਜ਼ਿਆਦਾਤਰ ਪੂਰੀ ਦੀ ਪੂਰੀ ਪੈਕਿੰਗ ਖਰੀਦਣੀ ਪੈਂਦੀ ਹੈ, ਮਤਲਬ ਕਹਿ ਲਓ ਕਿ ਜਿਵੇਂ 12 ਸ਼ੇਡਸ ਆ ਨਾ, ਉਸ ਤੋਂ ਘੱਟ ਮਿਲਦਾ ਨਹੀਂ ਆ। ਤਾਂ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਕਲਰਸ ਹੁੰਦੇ ਨੇ ਨਾ, ਕਈ ਯੂਜ਼ ਵਿੱਚ ਹੀ ਨਹੀਂ ਆਉਂਦੇ, ਤਾਂ ਇਸ ਲਈ ਮੈਂ ਥੋੜ੍ਹਾ ਜਿਹਾ ਜਿਸ ਤਰ੍ਹਾਂ ਇਹਦੇ ਵਿੱਚ ਲਿਆਉਣੀ ਤਾਂ ਹੈਗੀ ਆ ਕਲਰ, ਬਟ ਕੋਸ਼ਿਸ਼ ਕਰਦੀ ਹਾਂ ਵੀ ਜੇ ਤਾਂ ਮੈਨੂੰ ਸਿੰਗਲ ਮਿਲ ਜਾਵੇ, ਫਿਰ ਤਾਂ ਮੈਂ ਸਿੰਗਲ ਕਲਰ ਦੇ ਕਾਫੀ, ਜਿਵੇਂ ਰੈੱਡ ਕਲਰ ਦੇ, ਵਾਈਟ ਕਲਰ, ਗ੍ਰੀਨ ਸੈਪ ਹੋ ਗਿਆ, ਇਸ ਤਰ੍ਹਾਂ ਦਾ ਮਤਲਬ ਕਲਰਸ ਹੈ, ਉਹ ਕਾਫੀ ਜਿਹੜੀਆਂ ਵਾ ਪੈਕਿੰਗਸ ਖਰੀਦ ਲੈਂਦੀ ਹਾਂ। ਔਰ ਲਾਸਟ 'ਤੇ ਡਸਟ ਆਉਂਦੀ ਆ ਗੋਲਡਨ, ਜੇ ਤੁਸੀਂ ਆਪਣਾ ਗ੍ਰੇਸਫੁੱਲ ਬਣਾਉਣਾ ਚਾਹੁੰਦੇ ਹੋ ਆਪਣੀ ਪੇਂਟਿੰਗ ਨੂੰ ਹੋਰ ਵੀ, ਤਾਂ ਡਸਟ ਦੇ ਸਕਦੇ ਹੋ ਤੁਸੀਂ। ਇਹ ਤੁਹਾਨੂੰ ਫੈਬਰਿਕ ਔਰ ਫੈਬਰਿਕਲ ਦੋਨਾਂ ਦੇ ਵਿੱਚ ਹੀ ਅਵੇਲੇਬਲ ਹੋਏਗੀ। ਔਰ ਇਹਦੇ ਨਾਲ ਅਸੀਂ 2 ਨੰਬਰ ਮੀਡੀਅਮ ਯੂਜ਼ ਕਰਾਂਗੇ ਕੈਮਲ ਦਾ, ਠੀਕ ਹੈ, 2 ਨੰਬਰ ਮੀਡੀਅਮ ਯੂਜ਼ ਕਰਦੇ ਹਾਂ ਅਸੀਂ। ਇਹਨੂੰ ਥਿੱਕ ਜਿਹਾ, ਇੰਨਾ ਕੁ ਥਿੱਕ ਘੋਲ ਬਣਾਉਣਾ ਜਿੰਨੀ ਕੰਸਿਸਟੈਂਸੀ ਜਿਹੜੀ ਸਾਡੇ ਦੂਸਰੇ ਆਮ ਕਲਰ ਆ, ਜਿਹੜੇ ਮੈਂ ਤੁਹਾਨੂੰ ਦਿਖਾ ਕੇ ਹਟੀ ਹਾਂ, ਉਹ ਕੰਸਿਸਟੈਂਸੀ ਹੋਏਗੀ, ਤਾਂ ਬਹੁਤ ਹੀ ਫਲੋ ਦੇ ਨਾਲ ਇਹ ਕਲਰ ਚੱਲਦਾ, ਠੀਕ ਹੈ। ਤਾਂ ਹੁਣ ਜਿਸ ਤਰ੍ਹਾਂ ਕਿ ਇਹਦੇ ਵਿੱਚ ਫੈਬਰਿਕ ਔਲ ਛੋਟੀਆਂ, ਇਹਦੇ ਵਿੱਚ ਪੈਕਿੰਗ ਵੀ ਹੁੰਦੀ ਹੈ ਔਰ ਵੱਡੀ ਵੀ ਹੁੰਦੀ ਹੈ, ਮੈਂ ਤੁਹਾਨੂੰ ਇਹ ਦਿਖਾ ਰਹੀ ਹਾਂ ਵੀ ਇਹਦੇ 'ਚ ਤੁਸੀਂ ਛੋਟੀ ਵੀ ਪੈਕਿੰਗ ਲੈ ਸਕਦੇ ਹੋ, ਵੱਡੀ ਵੀ ਲੈ ਸਕਦੇ ਹੋ, 1/2 ਕਿਲੋ ਦੀ ਵੀ ਲੈ ਸਕਦੇ ਹੋ, 1 ਕਿਲੋ ਦੀ ਵੀ ਲੈ ਸਕਦੇ ਹੋ, ਜਿਸ ਤਰ੍ਹਾਂ ਤੁਹਾਡੀ ਰਿਕੁਆਇਰਮੈਂਟ ਹੈ। ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆਈ।